रख मेरे सिर ते हाथ ते खा मेरी कसम के आज तो बाद तू अदेल वेखेगा भी नहीं। बाजी ने एक और गल कह रहे, खाली कसम ना काम नहीं चलना, जे अगो तो बाद ओनू मिलिया साडा मरिया मुंह वेखेगा। हां खा कसम। अच्छा अम्मी जी पक्का वादा, मैं आज के बाद उसे नहीं मिलूंगा। यार मुझे शाम को मिलो लाजमी। सॉरी अब मैं नहीं मिल रही तुम्हें। अच्छा ना बस आखिरी दफा मेरे बात मान लो प्लीज। हो जिस बात का शक था देखें फिर समी उसी लड़की के साथ बैठा हुआ। हुन तू बुत बन के बैठ रहा ना कि मेनू दसना भी है ए की है समी। ओनु भी की बोलन दी है, जाग ना पेके रहे 20 दिन होर, ओने पीछे चल चाड़ देते ना मेरे को हुंदा ही ना 7 साल मेरी अखां सामने नहीं दूर किता ओनु मैं। तू अपने रोने ना बाद रोई मेरे नाल बैठ के, मेनू ओनु ते पूछ लैन दे ए की है मेनू दस जरा। ਉਹਨੇ ਕੀ ਬੋਲਿਆ ਸਾਰਾ ਕਸੂਰ ਨਾ ਮਾਂ ਪਿਓ ਦੀ ਤਰਬੀਅਤ ਦਾ ਹੁੰਦਾ, ਅਸੀਂ ਚੰਗੀ ਕੀਤੀ ਹੁੰਦੀ ਨਾ ਤੇ ਅੱਜ ਮੁੱਕਾ ਹੀ ਨਾ ਆਉਂਦਾ। ਆਏ ਹਾਏ ਮੈਨੂੰ ਕੋਈ ਗੱਲ ਕਰਨ ਦੇਂਗੀ ਤੂੰ ਉਹਦੇ ਨਾਲ? 10 ਮਿੰਟ ਸਮੀ ਚੁੱਪ ਕਰਕੇ ਅੱਜ ਕੇ ਕੀ ਹੈ ਮੈਂ ਕੀ ਵੇਖਿਆ? ਅੰਮੀ ਮੈਨੂੰ ਕੁਛ ਨਹੀਂ ਪਤਾ ਹੈ, ਮੈਨੇ ਉਸਕੇ ਸਾਥ ਹੀ ਸ਼ਾਦੀ ਕਰਨੀ ਹੈ, ਕਰ ਲੈ ਜੋ ਕਰਨਾ ਆਪ। ਹੋਏ ਕਰ ਦਿੱਤੀ ਤੂੰ ਸਿਰਫ ਮਾਮਿਆਂ ਦੀ ਹਰਕਤ, ਮੈਂ ਤੈਨੂੰ ਕਹਿੰਦੀ ਸਾਰੇ ਤੇ ਨਜ਼ਰ ਰੱਖ। ਸਮੀ ਤੂੰ ਚੰਗਾ ਹੁੰਦਾ ਨਾ ਤੇ ਮੈਨੂੰ ਇਹ ਗੱਲਾਂ ਨਾ ਸੁਣਨੀਆਂ ਪੈਂਦੀਆਂ। ਉੱਠ ਤੋਂ ਦਫਾ ਹੋ ਗਿਆ ਮੇਰੇ ਘਰੋਂ, ਆਪਣੇ ਕੱਪੜੇ ਚੁੱਕ ਸਾਰਾ ਬੋਰੀਆ ਬਿਸਤਰਾ ਚੁੱਕ ਤੇ ਇਸ ਘਰ 'ਚ ਮੈਨੂੰ ਨਜ਼ਰ ਨਾ ਆਵੀ ਤੂੰ। ਅੱਛਾ ਮੈਨੂੰ ਵੀ ਕੋਈ ਸ਼ੌਕ ਨਹੀਂ ਹੈ ਯਹਾਂ ਪੇ ਰਹਿਣੇ ਕਾ, ਜਾ ਰਹਾ ਹੂੰ ਮੈਂ। ਭਾਬੀ ਹੁਣ ਇਹੋ ਜਿਹਾ ਮੂੰਹ ਬਣਾਉਣ ਦਾ ਕੋਈ ਫਾਇਦਾ ਨਹੀਂ, ਟੁਰ ਗਈ ਹੋ। ਮੈਂ ਤੈਨੂੰ ਕਿੰਨੀ ਵਾਰੀ ਆਖਿਆ ਕਿ ਉਹਦੇ ਨਾਲ ਪਿਆਰ ਨਾਲ ਗੱਲ ਕਰਿਆ ਕਰ, ਹੁਣ ਮੈਂ ਸਿਰਫ 7 ਲਾਡਾ ਨਾ ਪਾ ਲਿਆ। ਤੂੰ ਤੇ ਆਪਣਾ ਰੰਡੀ ਰੋਣਾ ਬੰਦ ਕਰ ਤੇ ਮੈਨੂੰ ਇਹ ਦੱਸ ਕਿ ਮੈਂ ਹੁਣ ਕੀ ਕਰਾਂ, ਮੇਰਾ ਇੱਕੋ ਇੱਕ ਪੁੱਤਰ ਹੈ ਉਹ ਵੀ ਘਰੋਂ ਟੁਰ ਗਿਆ ਤੇ ਮੈਂ ਕਿੱਥੇ ਜਾਵਾਂਗੀ? ਚੱਲ ਮੇਰੀ ਸੋਹਣੀ ਭਾਬੀ ਪਰੇਸ਼ਾਨ ਨਾ ਹੋ, ਮੇਰੇ ਕੋਲ ਇੱਕ ਹੱਲ ਹੈ। ਕੀ ਹੱਲ ਹੈ ਮੈਨੂੰ ਫਟਾਫਟ ਦੱਸ। ਮਨਾਲੇ ਪਾਕਿਸਤਾਨ ਦੀ ਪਿਛਲੀ ਸਾਈਡ ਤੇ ਨਾ ਇੱਕ ਬਾਬਾ ਜੀ ਬਹਿੰਦੇ ਨੇ, ਉਹਨਾਂ ਦਾ ਨਾ ਹੀ ਬਾਬਾ BS#K, ਉਹਨਾਂ ਦੇ ਤਵੀਜ਼ ਚੱਲਦੇ ਨੇ 13 ਸਿੱਧੇ। ਹਾਂ ਮੈਨੂੰ ਲੱਗਦਾ ਉਹ 13 ਸਿੱਧੇ ਤਵੀਜ਼ ਇੱਥੇ ਹੀ ਆ ਕੇ ਚੱਲਦੇ ਨੇ। ਹੁਣ ਤੂੰ ਮੈਨੂੰ ਹੀ ਗੱਲਾਂ ਲਾਣ ਲੱਗ ਗਈ, ਮੈਨੂੰ ਨਹੀਂ ਲੱਗਦਾ ਤੂੰ ਸੰਮੀ ਨੂੰ ਵਾਪਸ ਲੈਣਾ, ਮੈਂ ਚੱਲੀ ਆ। ਨਹੀਂ ਮੇਰੀ ਭੈਣ ਇੱਥੇ ਬਹਿ ਤੇ ਮੈਨੂੰ ਦੱਸ ਮੈਂ ਕੀ ਕਰਾਂ। ਤੈਨੂੰ ਨਾ ਕੁਛ ਕਰਨ ਦੀ ਲੋੜ ਨਹੀਂ ਹੈ, ਬਸ ਥੋੜਾ ਜਿਹਾ ਮਾਲ ਦੇ ਦੇ ਮੈਨੂੰ, ਮੈਂ ਹੁਣੇ ਬਾਬਾ ਜੀ ਕੋਲ ਜਾਂਦੀ ਹਾਂ ਤੇ ਹਿਸਾਬ ਲਵਾ ਕੇ ਆਉਂਦੀ ਹਾਂ ਤੇ ਸ਼ਾਮੀ ਆ ਕੇ ਤੈਨੂੰ ਨਾ ਅਪਡੇਟ ਕਰਨੀ ਹੈ। ਸ਼੍ਰੀੰਗ ਬ੍ਰਿੰਗ ਸਰਵਲਿੰਗ ਭੂਤ ਮਿਸ਼ਰ ਵਰਤਮਾਨ ਬਦਲਿੰਗ, ਸ਼੍ਰੀੰਗ ਬ੍ਰਿੰਗ ਸਰਵਲਿੰਗ ਭੂਤ ਮਿਸ਼ਰ ਵਰਤਮਾਨ ਬਦਲਿੰਗ। ਆ ਜਾ ਬੱਚਾ ਆ ਜਾ, ਬਾਬਾ ਜੋ ਕਹਿੰਦਾ ਹੋ ਜਾਂਦਾ। ਬਾਬਾ ਜੀ ਮੈਂ ਬੜੀ ਪਰੇਸ਼ਾਨ ਆ। ਕੋਈ ਗੱਲ ਨਹੀਂ ਬੱਚਾ, ਬਾਬਾ ਸਭ ਜਾਣਦਾ, ਜਦੋਂ ਤੱਕ ਬਾਬੇ ਦੇ ਤਵੀਜ਼ ਚੱਲਣਗੇ ਤੇਰੀ ਜ਼ਿੰਦਗੀ ਸੁਹੀ ਰਹੇਗੀ। ਤਾਂ ਹੀ ਤੇ ਮੈਂ ਤੁਹਾਡੇ ਕੋਲ ਆਨੀ ਆ। ਬਾਬਾ ਜੀ ਤੁਹਾਨੂੰ ਮੈਂ ਕੀ ਦੱਸਾਂ, ਉਹ ਜਿਹੜਾ ਮੇਰਾ ਭਤੀਜਾ ਨਹੀਂ ਸੰਮੀ, ਜਿਹਨੂੰ ਮੈਂ 7 ਸਾਲ ਪਾਲਿਆ, ਉਹ ਨਾ ਮੇਰੇ ਖਿਲਾਫ ਜਾਣ ਲੱਗ ਗਿਆ, ਜੇ ਮੇਰੇ ਕੀ ਆਪਣੀ ਮਾਂ ਦੇ ਵੀ ਖਿਲਾਫ ਜਾਣ ਲੱਗ ਗਿਆ। ਅੱਗ ਲੱਗਣੀ ਪਤਾ ਨਾ ਉਹਨੂੰ ਕੋਈ ਚਿੰਕੂ ਨਾਂ ਦੀ ਚਿੰਕੀ ਕੀ ਕੁੜੀ ਉਹ ਪਸੰਦ ਆ ਗਈ ਜੀ, ਡੈਨ ਜਈ, ਉਹਦੇ ਕੋਲ ਜਾਨ ਛੁਡਾ ਦੋ ਮੇਰੇ ਭਤੀਜੇ। ਬਸ ਕਰ ਦੇ ਬੱਚਾ, ਮੈਨੂੰ ਪਤਾ ਲਵਾ ਲੈਂਦੇ ਇਸ ਮਸਲੇ ਦਾ ਹੱਲ ਕੀ ਹੈ, ਇਹ ਮਸਲਾ ਬੜਾ ਖਤਰਨਾਕ ਲੱਗਦਾ ਪਿਆ। ਇਹ ਕੰਮ ਬੜਾ ਹਰਾਮ ਹੈ ਬੱਚਾ, ਚੁੱਪ ਕਰਕੇ ਉਹਦਾ ਵਿਆਹ ਕਰਦੇ ਜਿੱਥੇ ਮੁੰਡਾ ਕਹਿੰਦਾ, ਨਹੀਂ ਤੇ ਤੁਹਾਡੀ ਜ਼ਿੰਦਗੀ ਅਜ਼ਾਬ ਹੋ ਜਾਏਗੀ। ਮੁੰਡੇ ਦੀ ਮਾਂ ਨੂੰ ਜਾ ਕੇ ਕਹਿੰਦੇ, ਉਹਦੀ ਗੱਲ ਮੰਨ ਲੈ, ਬਾਬਾ ਜੋ ਕਹਿੰਦਾ ਹੋ ਜਾਂਦਾ। ਬਾਬਾ ਜੀ ਤੁਸੀਂ ਕੀ ਕਹਿੰਦੇ ਹੋ, ਨਾ ਤੇ ਮੈਂ ਚਾਹੁੰਦੀ ਹਾਂ ਨਾ ਉਹਦੀ ਮਾਂ ਚਾਹੁੰਦੀ ਹੈ ਕਿ ਉਹਦਾ ਵਿਆਹ ਡੈਨ ਦੇ ਨਾਲ ਹੋਏ। ਬਾਬੇ ਦੇ ਮੋਕਲ ਵੇਖ ਕੇ ਆਏ ਨੇ, ਜੇ ਤੁਸੀਂ ਉਹਦੇ ਕਹਿੰਦੇ ਉਹਦਾ ਵਿਆਹ ਨਾ ਕੀਤਾ, ਉਹ ਤੁਹਾਨੂੰ ਮਰਵਾ ਦੇਗਾ। ਨਹੀਂ ਨਹੀਂ ਬਾਬਾ ਜੀ ਮੈਂ ਨਹੀਂ ਜੀ ਮੰਨਣਾ, ਮੈਂ ਹੁਣ ਉਹਦੀ ਮਾਂ ਨੂੰ ਜਾ ਕੇ ਨਾ ਸਮਝਾ ਦੇਣੀ ਆ ਕਿ ਬਾਬਾ ਜੀ ਨੇ ਵੇਖ ਕੇ ਦੱਸਿਆ, ਜੇ ਮੁੰਡੇ ਦੀ ਗੱਲ ਨਾ ਮੰਨੀ ਮੁੰਡਾ ਸਾਨੂੰ ਕਤਲ ਕਰਾ ਦੇਗਾ। ਤੇ ਅੱਛਾ ਇਹ ਫੜੋ ਆਪਣਾ ਜੁਰਮਾਨਾ। ਬਸ 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 ਠੀਕ ਹੈ ਬੱਚਾ। ਹਾਏ ਨੀ ਭਾਬੀ ਅਸੀਂ ਲੁੱਟੇ ਗਏ, ਕੁਛ ਨਹੀਂ ਬਚਿਆ। ਕੀ ਹੋਇਆ? ਨੀ ਭਾਬੀ ਬਾਬਾ ਜੀ ਨੇ ਕਿਹਾ ਜੇ ਅਸੀਂ ਉਹਦਾ ਵਿਆਹ ਉਹਦੀ ਮਰਜ਼ੀ ਦੇ ਮੁਤਾਬਕ ਨਾ ਕੀਤਾ ਅਸੀਂ ਦੋਵੇਂ ਮਰ ਜਾਵਾਂਗੀਆਂ, ਹੁਣ ਸਾਡੇ ਕੋਲ ਕੁਛ ਨਹੀਂ ਬਚਿਆ। ਹਾਏ ਅੱਲਾ ਹੁਣ ਤੇ ਵਾਕਈ ਕੁਛ ਨਹੀਂ ਰਿਹਾ, ਹੁਣ ਅਸੀਂ ਕੀ ਕਰਾਂਗੇ? ਇੰਜ ਕਰ ਉਹਨੂੰ ਬਣਾ ਕੇ ਲਿਆ, ਫਿਰ ਜਿੱਥੇ ਉਹ ਕਹਿੰਦਾ ਉੱਥੇ ਹੀ ਉਹਦਾ ਵਿਆਹ ਕਰ ਦਿੰਦੇ ਆ। ਭਾਬੀ ਮੈਂ ਉਹਨੂੰ ਫੋਨ ਕਰਨੀ ਆ, ਨਾਲੇ ਤੂੰ ਕੱਪੜੇ ਬਦਲ ਫਿਰ ਬਾਜ਼ਾਰ ਜਾਣਾ, ਬੜੀਆਂ ਤਿਆਰੀਆਂ ਪਈਆਂ ਨੇ। हेलो चिंकी जी, एक गुड न्यूज है। अच्छा बताएं। घर वाले हमारी शादी के लिए मान गए। रियली? हाँ हाँ, तुम ना बस तैयारियाँ शुरू कर दो जल्दी से। अच्छा मैं अभी सबको बताती हूँ, और मुझे बहुत सारी शॉपिंग करनी है। ओके बाय।
हाय अल्लाह मेरी नंद आ गई है। बाजी मैं कैसी लगन रही है, आज मैं पार्लर तो तैयार हुई, मेरे पुत्र का विवाह है ना। हाय अल्लाह नी मैं मर जावा कवर विच तेरी लत्ता ने, तू तो मेरे भरा की सारी कमाई फैशन छुड़ा दीती है। हाँ हाय बस कर दे, आप ही तू 50,000 का सूट पाया, मैं ना झूठ ना बोली कि मांग के पाया है। ना नी ना अज लड़न का फायदा नहीं, अज बड़ा सोना दिन ने, नाले मेरी भाभी बड़ी सोहनी लगन दी। आ जा फिर बार कुड़ी वाले आ गए ने। ਬਾਰੀ ਬਰਸੀ ਖੱਟਣ ਗਿਆ ਸੀ ਖੜਕੇ ਲਿਆਂਦੀ ਕੁੱਪੀ ਭੰਗੜਾ ਤਸਜਦਾ ਜੇ ਨੱਚੇ ਮੁੰਡੇ ਦੀ ਪੁੱਪੀ ਬਾਰੀ ਬਰਸੀ ਖੱਟਣ ਗਿਆ ਸੀ ਖੜਕੇ ਲਿਆਂਦੀ ਗਾ ਭੰਗੜਾ ਤਸਜਦਾ ਜਦ ਨੱਚੇ ਮੁੰਡੇ ਦੀ ਮਾਤ ਭੰਗੜਾ ਤਸਜਦਾ ਜਦ ਨੱਚੇ ਮੁੰਡੇ ਦੀ ਮਾਤ ਭੰਗੜਾ ਤਸਜਦਾ बिस्मिल्लाहिर्रहमानिर्रहीम। समी वल ताहा का निकाह चिंकी वल अली हैदर के साथ हो रहा है, क्या आप दोनों को कबूल है? जी कबूल है। बहुत बहुत मुबारक हो, बेटी खुश रहो। निकाह करना पै गया इधर आ, नाले अज मेरे चंद का व्याह, अज सारे गिले शिकवे भुला दे, जफ्फी पा लै भरजाई तेना पा लिया ने बड़िया जफ्फिया, ठीक है ना। मैंने बड़े नंबरे दिनों की गल सुन ली, जे तेरे चंद का व्याह ना मेरा भी कुछ लगता, 7 साल मैं भी पा लिया, हूं ना कि मैं अपने नूह पुत्र मिला ली, तेनू नहीं। पिछे मुबारक हो बेटा, सभी पुत्र मुबारक हो तेनों भी। ਭਾਬੀ ਤੂੰ ਇੰਝ ਕਰ, ਬੱਚਿਆਂ ਦੇ ਖਾਣ ਪੀਣ ਦਾ ਇੰਤਜ਼ਾਮ ਕਰ, ਉਨੀ ਦੇਰ ਮੈਂ ਨੂਰਾਂ ਨੂੰ ਪਹਿਨੀ ਆ। ਅੱਛਾ ਚੱਲ ਸਹੀ ਹੈ, ਮਾਸ਼ਾਅੱਲਾ ਚੰਦ ਦਾ ਟੁਕੜਾ ਹੈ ਮੇਰੀ ਨੂੰ। ਮੇਰੀ ਗੱਲ ਸੁਣ, ਜਿਹੜਾ ਸੰਮੀ ਹੈ ਨਾ ਉਹਨੂੰ ਮੈਂ 7 ਸਾਲ ਪਾਲਿਆ, ਉਹ ਬਚਪਨ ਉਹਦਾ ਨਾ ਸਾਰਾ ਮੇਰੇ ਕੋਲ ਲੰਘਿਆ, ਪਰ ਮੇਰੀ ਨਾ ਅੱਜ ਇੱਕ ਗੱਲ ਯਾਦ ਰੱਖ ਲੈ, ਇਸ ਘਾੜ ਦੇ ਵਿੱਚ ਜਿਹੜੀ ਤੇਰੀ ਸੱਸ ਹੈ ਨਾ ਸਿਰਫ ਉਹਦੇ ਕੋਲ ਬਚ ਕੇ ਰਹੀ, ਉਹ ਬਹੁਤ ਤੇਜ਼ ਚੀਜ਼ ਹੈ, ਉਹਨੇ ਮੈਨੂੰ ਨਹੀਂ ਖਿਲਾਉਣ ਦਿੱਤਾ, ਉਹ ਕਹਿੰਦੀ ਮੇਰੀ ਜਿਹੜੀ ਨੂੰਹ ਆਏਗੀ ਮੈਂ ਉਹਨੂੰ ਵੀ ਨਹੀਂ ਖਿਲਾਉਣ ਦੇਣਾ। ਨਹੀਂ ਸੰਮੀ ਤਾਂ ਬਹੁਤ ਤਾਰੀਫੇ ਕਰਦੇ ਆ ਆਂਟੀ ਕੀ। ਘੱਟੇ ਤੋਂ ਸਵਾ ਚੰਗੀ ਹੈ ਉਹ ਤਾਂ ਹੈ ਹੀ ਮਾਂ। ਹੋ ਬਾਜੀ ਮੈਂ ਤੁਹਾਡੀਆਂ ਤਾਰੀਫਾਂ ਕਰ ਰਹੀ ਹਾਂ, ਆਇਓ। ਬਸ ਕਰ ਦੇ, ਬੋਏ ਦੇ ਪਿੱਛੇ ਖਲੋਗੇ ਨਾ, ਮੈਂ ਸਾਰਾ ਸੁਣ ਲੈ ਜਿਹੜੀਆਂ ਤੋਂ ਉਹਦੇ ਨਾਲ ਤਾਰੀਫਾਂ ਕਰਨੀ ਪਈ ਸੈਂ। ਪਹਿਲੇ ਦਿਨ ਹੀ ਮੇਰੀ ਨੂੰਹ ਨੂੰ ਮੇਰੇ ਖਿਲਾਫ ਕਰ ਦਿੱਤਾ, ਤੂੰ ਤੇ ਜਦੋਂ ਦੀ ਆਈ ਮੇਰੀ ਜ਼ਿੰਦਗੀ ਅਜ਼ਾਬ ਹੋ ਗਈ ਹੈ। ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਬਾਹਰ ਆਓ ਤੁਸੀਂ, ਬੱਚਿਆਂ ਨੂੰ ਸੌਣ ਦਿਓ। ਆ ਗਈ ਭਈ। और सिंकी जी कैसी हैं, आज तो बड़ी प्यारी लग रही हो। अच्छा वो तो ठीक है, मेरी मुंह दिखाएगा गिफ्ट? यार दे दूंगा ना, वो भी क्या हो गया। तुम और तुम्हारे लारे कभी खत्म नहीं हो सकते। खैर मुझे ये बताओ, हमारी शादी तो पॉसिबल नहीं थी, हुई कैसे? मैं तुम्हें बताता हूँ, हुआ कुछ यूं। अम्मी मुझे कुछ नहीं पता है, मैंने उसके साथ ही शादी करनी है, कर लें जो करना है आपने। उठे तो दफा हो गया मेरे घरों, अपने कपड़े चुक, सारा बोरिया बिस्तरा चुक, तेज कारिश मेरे नजर ना आवी तू। मुझे भी कोई शौक नहीं है यहाँ पे रहने का, जा रहा हूँ मैं। अपडेट कर ली। ਬਾਬਾ ਜੀ ਤੁਹਾਨੂੰ ਮੈਂ ਕੀ ਦੱਸਾਂ, ਉਹ ਜਿਹੜਾ ਮੇਰਾ ਭਤੀਜਾ ਨਹੀਂ ਸੰਮੀ, ਜਿਹਨੂੰ ਮੈਂ 7 ਸਾਲ ਪਾਲਿਆ,
ਉਹ ਨਾ ਮੇਰੇ ਖਿਲਾਫ ਜਾਣ ਲੱਗ ਗਿਆ ਜੇ ਮੇਰੇ ਕੀ ਆਪਣੀ ਮਾਂ ਦੇ ਵੀ ਖਿਲਾਫ ਜਾਣ ਲੱਗ ਗਿਆ ਅੱਗ ਲੱਗਣੀ ਪਤਾ ਨਾ ਕੋਈ ਚਿੰਕੂ ਨਾਂ ਦੀ ਚਿੰਕੀ ਕੀ ਕੁੜੀ ਉਹ ਪਸੰਦ ਆ ਗਈ ਡੈਨ ਜਿਹੀ ਜੇ ਤੁਸੀਂ ਉਹਦੇ ਕਹਿੰਦੇ ਉਹਦਾ ਵਿਆਹ ਨਾ ਕੀਤਾ ਉਹ ਤੁਹਾਨੂੰ ਮਰਵਾ ਦੇਗਾ ਇੰਸ਼ਕਰ ਉਹਨੂੰ ਬਣਾ ਕੇ ਲਿਆ ਫਿਰ ਜਿੱਥੇ ਉਹ ਕਹਿੰਦਾ ਉੱਥੇ ਹੀ ਉਹਦਾ ਵਿਆਹ ਕਰ ਦਿੰਦੇ ਆ ਕਿਆ ਮਾਨਤੀ ਹੈ ਨਾ ਫਿਰ ਆਪਣੇ ਸਮੀ ਕੋ ਤੋ ਇਹ ਸਾਰੀ ਸ਼ਾਦੀ ਇੱਕ ਧੋਖਾ ਥਾ ਜੋ ਆਪਣੀ ਮਾਂ ਕਾ ਨਹੀਂ ਹੋ ਸਕਾ ਉਹ ਮੇਰਾ ਕੈਸੇ ਹੋਗਾ ਮੁਝੇ ਨਹੀਂ ਰਹਿਣਾ ਤੁਹਾਡੇ ਸਾਥ ਮੈਂ ਜਾ ਰਹੀ ਹੂੰ मेरी बात तो सुनो आज की बात मुझसे राबता मत करना मैं जा रही हूँ चिंकी